Hello. Assalamualaikum khan sahab. Oh, waalaikum salam. Pia ji, tusi kya si agla week match karanga kaise pia sahab? Main aa hi aana si. ਬਸ ਉਹ ਇਹ ਵੀਕ ਪਕਾ ਕੇ ਤੇ ਇਨਸ਼ਾਅੱਲਾ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਣਾ। ਵੇਖ ਲਓ ਮੈਂ ਤੁਹਾਡੀ ਪਬਲਿਸਿਟੀ ਲਵਾ ਦਿਆਂ। ਪਬਲਿਸਿਟੀ ਉਹ ਮੇਰੇ ਤੇ ਬਲਾਲ ਸਾਹਿਬ ਦੇ ਦੋਸਤ ਨੇ। ਕੌਣ? ਬਲਾਲ ਚੌਧਰੀ ਸਾਹਿਬ ਦੇ ਨਾਲ ਨੇ। ਅੱਜ ਦਾ ਗੱਲ ਕਰਵਾਉਣਾ ਤਾਂ ਲੈ ਗੱਲ ਕਰੋ ਗੁੱਚੋ ਸਾਹਿਬ ਜੀ। ਖਾਨ ਸਾਹਿਬ, ਉਹ ਚੌਧਰੀ ਸਾਹਿਬ ਰਾਤੀ ਵੀ ਆਂਡੀ ਪਕਾਈ ਹੈ, ਦੇ ਗਏ ਨਾ ਚੱਕਰ ਮੈਨੂੰ ਤੁਸੀਂ, ਹੈ ਚੰਗੀ ਗੱਲ ਨਹੀਂ ਗਈ ਹੈ। 3 ਘੰਟੇ ਚ ਮੈਨੂੰ ਤੁਸੀਂ ਇੱਥੇ ਚਾਹੀਦੇ ਹੋ। ਕੱਲ ਆਵਾਂਗਾ। ਓ ਯਾਰ, ਉਹ ਕੋਈ ਨਹੀਂ, ਤੁਸੀਂ ਨਾਲ ਹੋ ਤਾਂ ਕੀ ਕਰ ਰਹੇ ਹੋ? ਕੁਛ ਨੀ, ਕਹਾਣੀ ਤੇ ਬੈਠਾ ਦਾ ਤੁਸੀਂ ਤਿੰਨ ਘੰਟੇ ਚ ਇੱਥੇ ਹੋ ਹੈਲੋ 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 ਦੇਖ ਗਿਆ ਜੀ ਤਬੀਅਤ ਸੈੱਟ ਹੋ ਜਾਏ ਉਹਨਾਂ ਨੂੰ ਬੁਲਾ ਮਿਲਿਆ ਹੋਏ ਹੋਏ ਮੈਂ ਕਿਹਾ ਪਤਾ ਨੀ ਮਿਹਰਬਾਨੀ ਸਾਹਿਬ ਇਹ ਡਾਂਸਰਾਂ ਕੋਲ ਪਤਾ ਨੀ ਕਿਹੜੀ ਗਿੱਦੜ ਸਿੰਗੀ ਹੈ ਸਹੀ ਗੱਲ ਕਰ ਮੈਨੂੰ ਇਸ ਫਾਰਮੂਲੇ ਦੀ ਸਮਝ ਨਹੀਂ ਆਉਂਦੀ ਸਿਰਫ ਉਹਨਾਂ ਦੀ ਆਉਂਦੀ ਹਾਲਾਂਕਿ 15-15 ਦਿਨ ਸ਼ੌਕੀ ਨਾ ਆਉਂਦਾ ਨੀ ਹੈਗਾ ਹਾਂ ਉਸ ਨਾਮ
ਹਾਂ ਉਹ ਦੱਸਿਆ ਮੈਨੂੰ ਬਲਾਲ ਚੌਧਰੀ ਸਾਹਿਬ ਦਾ ਫੋਨ ਆਇਆ ਸੀ ਕੈਸਰ ਪੀਆ ਕੈਸਰ ਪੀਆ ਸਾਹਿਬ ਤੇ ਬਲਾਲ ਚੌਧਰੀ ਸਾਹਿਬ ਵੱਡੇ ਵੀਰ ਨੇ ਬੜੀ ਮੁਹੱਬਤ ਕਰਦੇ ਨੇ ਜਨਾਬ ਸਾਡੇ ਨਾਲ ਉਹ ਖਾਨ ਸਾਹਿਬ ਇੱਕ ਤੁਹਾਨੂੰ ਵਹਾਉਣ ਵਾਸਤੇ ਥੋੜਾ ਜਨਾਬ ਗੱਡੀ ਚ ਬਿਠਾ ਉਹ ਮੇਰਾ ਜੇ ਇੱਕੋ ਜਿਹਾ ਨਾ ਪਤਾ ਨੀ ਲੱਗਦਾ ਉਹ ਇੱਕ ਤੁਹਾਨੂੰ ਵਹਾਉਣ ਵਾਸਤੇ ਨੀ ਲਿਆਏ ਦੁਸ਼ਮਣਦਾਰ ਆਦਮੀ ਆ ਪੈਰ ਪੈਰ ਤੇ ਦੁਸ਼ਮਣ ਨੇ ਸਾਰੇ ਨੂੰ ਪਤਾ ਹੈ ਕਿ ਅੱਛੂ ਗੋਲੀ ਮਾਰ ਗੱਲ ਬਾਅਦ ਚੋਂ ਕਰਦਾ ਤੇ ਗੋਲੀ ਪਹਿਲੇ ਮਾਰਦਾ ਯਕੀਨ ਜਾਣੋ ਭਲਵਾਨ ਜੀ ਬਦਮਾਸ਼ ਤੇ ਗੱਲਾ ਇੱਥੇ ਵੜ ਨੀ ਸਕਦਾ ਤਮਾ ਸਿਲ ਤੇ ਇਹ ਤੇ ਤੁਸੀਂ ਆ ਗਏ ਅਸੀਂ ਤੇ ਵੀਰ ਆ ਜੀ ਤੁਹਾਡੇ ਹਾਂਜੀ ਦੁਸ਼ਮਣਦਾਰੀ ਬੜੀ ਜੀ ਇਹ ਪਿਛਲੇ ਹਫ਼ਤੇ ਦੱਸ ਕੇ ਸਰਫਰਾਜ਼ ਵਿੱਕੀ ਦਾ ਕੀ ਰੋਲ ਉਹ ਜੀ ਸ਼ੈਰੀ ਬਾਬੂ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਸ਼ੈਰੀ ਬਾਬੂ ਜੀ ਤੈਨੂੰ ਪੁੱਛਣ ਡਿਆ ਕੁੱਤੇ ਦਿਆ ਪੁੱਤਰਾ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਜੀ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਓਏ ਤੈਨੂੰ ਅੱਠਵੀਂ ਵਾਰੀ ਪੁੱਛ ਰਿਹਾ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਸਰਫਰਾਜ਼ ਵਿੱਕੀ ਦਾ ਕੀ ਰੋਲ ਹੈ ਆਪਣਾ ਮੇਰੇ ਤੋਂ ਕੰਮ ਨਹੀਂ ਹੁੰਦਾ ਇੱਥੇ ਮੇਰਾ ਰਾਮੇ ਜੀ ਰੋਲ ਹੈ ਮੈਂ ਚਲਾ ਕੇ ਇਹਨੇ ਪ੍ਰੈਸ਼ਰ ਹੋ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਪਤਾ ਲੱਗ ਰਿਹਾ ਮੇਰੇ ਕੋਲ ਇਹ ਕੰਮ ਨਹੀਂ ਹੁੰਦਾ ਮੈਂ ਕਿੱਥੇ ਜਾਵਾਂ ਅੱਗੇ ਮੈਂ ਦਿਲ ਦਾ ਮਰੀਜ਼ ਆ ਮੇਰੇ ਕੋਲ ਕੰਮ ਨਹੀਂ ਹੁੰਦਾ ਹਰ ਬੰਦਾ ਮੈਨੂੰ ਡਰਾਈ ਰੱਖਦਾ ਮੈਂ ਕਿੱਥੇ ਜਾਵਾਂ ਦਬਾ ਦੀ ਨਸ ਮੇਰੀ ਬਾਡਨ ਡਈ ਹੈ ਮੈਂ ਕਿੱਥੇ ਡੋਰ ਜਾਵਾਂ ਤੁਹਾਨੂੰ ਪਤਾ ਹੈ ਸਹੀ ਵਾਲ ਉਕਾੜਾ ਤੇ ਤੁਹਾਨੂੰ ਪਰ ਮੇਰਾ ਕੰਮ ਕੀਤਾ ਇੱਥੇ ਆ ਕੇ ਮੈਂ ਕੀ ਕਰਾਂ ਮੈਂ ਤਾਂ ਕਹਾਂ ਜਿਹੜੀ ਕੱਲ ਬੰਦਿਆਂ ਨਾਲ ਲੜਾਈ ਨੀ ਹੋਈ ਹਾਲ ਚ ਉਹ 25-26 ਜਣੇ ਪਿਸਤੌਲਾਂ ਲੈ ਕੇ ਆਏ
ਉਹ ਵੇਖੀ ਟੋਪੀ ਉਹਨਾਂ ਚ ਮੇਰੇ ਮਾਮੇ ਤੇ ਨਹੀਂ ਹੈਗੇ। ਪਿਸਤੌਲ ਜਾ ਸਕਦੀ ਕੁੱਤੇ ਦੇ ਪੁੱਤਰਾ ਅੰਦਰ ਜਾ ਸਕਦੀ ਓ ਯਾਰ ਸਾਰੇ ਗਾਣੇ ਪੈਰ ਚੁੱਕ ਕੇ ਡਰ ਹਾਂਜੀ ਪੈਰ ਚੁੱਕ ਕੇ ਡਰ ਸਾਈਕਲ ਚੋਰ ਬਣੇ ਅਜੇ ਜੁਗਤਾ ਨਾ ਕਰੋ ਭਲਵਾਨ ਜੀ ਉਹ ਗੱਲ ਸੁਣੋ ਨਾ ਮੇਰੀ ਮੈਂ ਧੁੰਦ ਬਕੂਆ ਸੁਣਾ ਰਿਹਾ ਸਾ ਦੱਸ ਕੇ ਜੰਜ ਤੇ ਫੈਰੰਗ ਹੋਈ 16 ਬਰਾਤੀ ਮਰੇ ਤੁਸੀਂ ਮਾਰੇ ਨੇ ਉਹ ਨਹੀਂ ਜੀ ਸਾਡੇ ਮਰੇ ਸਨਗੇ ਸੁਣੀ ਅੱਛਾ ਬੰਦੂਕ ਚੁੱਕੀ 16 ਕਤਲਾਂ ਦਾ ਬਦਲਾ ਲੈਣਾ ਸੀ ਅੱਛਾ ਅੱਛਾ ਉਹ ਨਾ ਰਾਸ਼ਨ ਮਹਿਮੂਦ ਸਾਹਿਬ ਦਾ ਰੋਲ ਹੈ ਕਿ ਉਸਤਾਦ ਨੇ ਪਾਪ ਦਾ ਰੋਲ ਅੱਛਾ ਕੀ ਤੁਸੀਂ ਉਹ ਜਨਾਬ 16 ਕਤਲਾਂ ਦਾ ਬਦਲਾ ਲੈਣਾ ਸੀ ਅੱਛਾ ਅੱਛੂ ਗੋਲੀ ਮਾਰਨੇ ਬੰਦੂਕ ਚੁੱਕੀ ਅਗਲੇ ਦੇ ਬੂਹੇ ਤੇ ਅੱਛਾ ਉਹ ਖਾਨ ਸਾਹਿਬ ਸਿਗਰਟ ਲਾ ਲਓ ਅੱਛਾ ਸਿਗਰਟ ਲਾਇਆ ਹੀ ਨਹੀਂ ਕੀ ਪੇ ਕਰਦੇ ਹੋ ਖਾਨ ਸਾਹਿਬ ਅੱਛਾ ਆ ਬਦਲਾ ਲੈਣਾ ਸੀ ਜਨਾਬ ਬੰਦੂਕ ਚੁੱਕੀ ਅਗਲੇ ਦੇ ਬੂਹੇ ਤੇ ਪਹੁੰਚ ਗਿਆ ਅੱਛਾ ਮੁਜਾਹਦ ਕਾਮਰਾਨ ਨਾ ਉਹ ਲੈ ਕੇ ਕੋਠੇ ਤੋਂ ਤੇ ਸਿੱਧਾ ਫਲੈਟ ਤੇ ਗਿਆ ਉਹ ਮੈਂ ਲਿਖ ਲਿਆ ਐਕ ਧੋਰੇ ਤੇ ਦੇ ਮੈਂ ਲਿਖ ਲਿਆ ਅੱਛਾ ਨਹੀਂ ਕੁਛ ਨਹੀਂ ਖਾਨ ਨਹੀਂ ਨਹੀਂ ਛੱਡੋ ਇਹ ਗੱਲ ਮੈਂ ਜਿਹੜੀ ਗੱਲ ਕਰਨ ਆਇਆ ਨਾ ਜੀ ਤੁਹਾਡੇ ਨਾਲ ਹਾਂਜੀ ਉਹ ਬੜੀ ਪਿਆਰਾ ਇਸ ਤਰ੍ਹਾਂ ਜੀ ਮੁਗੋਰੇ ਤਰ੍ਹਾਂ ਇਹ ਭਲਵਾਨ ਹੋਰੀ ਬੜੇ ਥੀਏਟਰਾਂ 'ਚ ਫਿਰੇ ਹੋਣਗੇ ਭਲਵਾਨ ਜੀ ਦੱਸ ਕੀ ਕਰਨਾ ਵੀ ਤੇ ਨਿੱਕੀ ਡਿਊਟੀ ਮੈਂ ਜੀ ਇੱਥੇ ਬਰਤਨ ਉਹਨਾਂ ਨੇ ਕਿਹਾ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਤਿੰਨ ਬਾਲਟੀਆਂ ਪਾਣੀ ਦੀਆਂ ਭਰੀਆਂ ਵਾਰੀ ਵਾਰੀ ਹਰ ਬਾਲਟੀ ਦੇ ਵਿੱਚੋਂ ਬਰਤਨ ਕੱਢ ਕੇ ਸਾਫ਼ ਪਾਣੀ 'ਚ ਪਾ ਕੇ ਫਿਰ ਬਾਲਟੀ 'ਚ ਪਾਣੀ ਪਾਉਣਾ ਕਿੱਧਰ ਜੀ ਖਾਏ ਚੰਗੇ ਸ਼ਰੀਫ ਆਦਮੀ ਹੋ ਇਸ ਤਰ੍ਹਾਂ ਚੁੱਕਣ ਵਾਲੇ ਬੰਦੇ ਨੂੰ ਬਾਲਟੀ ਚੁਕਾਤੀ ਜੇ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਕਿੱਡਾ ਝੂਠਾ ਕਿੱਡੀ ਕਹਾਣੀ ਸੁਣਾ ਰਿਹਾ ਸੀ ਤੇ ਖਾਲੀ ਬਾਲਟੀ ਹੈ ਆਹੋ ਤਿੰਨ ਬਾਲਟੀਆਂ 'ਚ ਪਾਣੀ ਕਿ ਇੱਕ 'ਚ ਧੋਣੇ ਨੇ ਫਿਰ ਦੂਸਰੀ 'ਚ ਧੋਣੇ ਨੇ ਫਿਰ ਤੀਸਰੀ 'ਚ ਧੋਣੇ ਨੇ ਉਹ ਪਰ ਮੇਰਾ ਕੀ ਕਸੂਰ ਹੈ ਮੈਂ ਬੰਦੇ ਮਾਰਨ ਆਇਆ ਕਿ ਬਾਲਟੀਆਂ ਚੁੱਕਣ ਆਇਆ ਭਲਵਾਨ ਫੜੇ ਅੰਦਰ ਰੱਖ ਬਾਲਟੀ ਬੜੇ ਬੜੇ ਥੀਏਟਰਾਂ 'ਚ ਫਿਰੇ ਹੋਗੇ ਤੁਸੀਂ ਇੱਧਰ ਆਓ ਬਾਥਰੂਮ ਤੁਹਾਨੂੰ ਚੈੱਕ ਕਰਾ ਬਾਥਰੂਮ ਇੱਧਰ ਜਾਓ ਨਾ ਉਹ ਖਾਨ ਸਾਹਿਬ ਮੈਨੂੰ ਜੇਲ੍ਹ ਵਹਾਓ ਥਾਣਾ ਵਹਾਓ ਆਓ ਬਾਥਰੂਮ ਉਹ ਬਾਥਰੂਮ ਨਾ ਦੇਣਾ ਕੀ ਤੱਲ ਵੇਖੋ ਤਾਂ ਸਹੀ ਤਰ੍ਹਾਂ ਉਹ ਜਨਾਬ ਗੱਲ ਇਹ ਕੋ ਕਰਨ ਵਾਲੀ ਉਹ ਲੁਕਣਾ ਹੀ ਪੈ ਜਾਏ ਇਹ ਸੱਟ ਆ ਜਾਏਗੀ ਤੇਰੀ ਤੇ ਹੋ ਗਈ ਆਓ ਕੋਣ ਹੋਏ ਇਹ ਕੁਛ ਹੀ ਗੱਲ ਨਹੀਂ ਖਾਨ ਸਾਹਿਬ ਪਰਾਉਣੇ ਆ ਤੁਹਾਡੇ ਇਹ ਤੁਹਾਨੂੰ ਵਿਖਾ ਰਿਹਾ ਸੈਨੀਟਾਈਜ਼ਰ ਏਅਰ ਫਰੈਸ਼ਨਰ ਇਹ ਡੰਟੋਨਿਕ ਟੁੱਥਪੇਸਟ ਨਹੀਂ ਚੁੱਕ ਕੇ ਲਿਆਉਂਦਾ ਤੁਸੀਂ ਉਹ ਖਾਨ ਜੀ ਮੈਂ ਤੁਹਾਨੂੰ ਮਿਲਣ ਆਇਆ ਬੈਠੋ ਉਹ ਨਹੀਂ ਬੈਠੋ ਕਿੱਥੇ ਉਹ ਕੈਸ ਰੁਪਈਆ ਤੇ ਬਲਾ ਚੋ ਉਹ ਮੈਂ ਪਹਿਲੇ ਆਪਣੀ ਆਸ਼ਾ ਚੌਧਰੀ ਦੀ ਮਾਂ ਮੁੰਡਿਆਂ ਵਾਲੇ ਬਾਥਰੂਮ 'ਚ ਟੁਰ ਗਈ ਤ
ਟੋਪੀ ਕਿਉਂ ਮੇਰੀ ਜ਼ਿੰਦਗੀ ਹਰਾਮ ਕਰ ਰਹੇ ਹੋ? ਖੁਦਾ ਦਾ ਵਾਸਤਾ ਜੇ ਮੈਂ ਲਿਖ ਕੇ ਲਾਇਆ ਕਿ ਇਹ ਮੁੰਡਿਆਂ ਦਾ ਬਾਥਰੂਮ ਹੈ, ਕੁੜੀਆਂ ਦਾ ਬਾਥਰੂਮ ਹੈ, ਕਿਸੇ ਨੂੰ ਉੱਥੇ ਡਾਂਸਰਾਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ, ਤੁਸੀਂ ਕਿਉਂ ਮੈਨੂੰ ਖਿਜਾਣ ਦੇ ਹੋ? ਸਾਰੇ ਕੰਮ ਮੈਂ ਕਰ ਰਹੀ, ਉਹ ਪਾਣੀ ਵੀ ਨਹੀਂ ਜੀ ਰੋੜ ਕੇ ਆਈ, ਉਤੋਂ ਖਾਲਾ ਹੀ ਨੇ ਅੱਜ ਸਾਥ ਖਾਧਾ ਸੀ। ਸਾਬਤ ਕਰਨ ਚ ਉਹਦੀ ਜ਼ਿੰਦਗੀ ਲੰਘ ਜਾਂਦੀ ਹੈ, ਸਭ ਤੋਂ ਨੇਕ ਹੈ, ਸਭ ਤੋਂ ਨੇਕ ਹੈ। ਕੈਸੀ ਮਜ਼ੇਦਾਰ ਗੱਲ ਤਾਂ ਆਈ, ਠੀਕ ਹੈ। ਤੇ ਔਰਤ ਅੱਲਾਹ ਤਾਲਾ ਨੇ ਐਸੀ ਮਖਲੂਕ ਬਣਾਈ ਹੈ ਕਿ ਉਹ ਜੋ ਇਹ ਚਾਹੇ ਮਰਦ ਨੂੰ ਉਹੋ ਜਿਹੀ ਮੌਤ ਦੇ ਦਿੰਦੀ। ਅੱਛਾ ਜੀ, ਹਾਂਜੀ, ਉਹ ਵਾਕਈ ਸ਼ਰੀਫ ਹੈ, ਤੁਸੀਂ ਇਮਾਨਦਾਰ ਆਦਮੀ ਹੋ। ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਕੀ? ਉਹ ਮੇਰਾ ਇੱਕ ਦੋਸਤ ਕਹਿੰਦਾ ਕਿ ਤੇਰੀ ਸਹੇਲੀ ਗਲਤ ਹੈ, ਇਹ ਜਿਹੜੀ ਹੈ। ਅੱਛਾ, ਮੈਂ ਕਹਿੰਦਾ ਨਹੀਂ ਗਲਤ। ਅੱਛਾ, ਉਹ ਕਹਿੰਦਾ ਗਲਤ ਹੈ, ਉਹਦੀ ਮੇਰੀ ਹੋ ਗਈ ਬਹਿਸ। ਉਹਨੇ ਕਹਾ ਸ਼ਰਤ ਲਾ ਲਿਆ, 50,000 ਮੈਂ ਲਾ ਲਈ ਸ਼ਰਤ। ਅੱਛਾ, ਕਹਿੰਦਾ ਜਾ ਤੇਰੀ ਸਹੇਲੀ ਤੇਰੇ ਇੱਕ ਦੋਸਤ ਨਾਲ ਫਲਾਂ ਹੋਟਲ ਦੇ ਫਲਾਂ ਕਮਰੇ 'ਚ ਮੌਜੂਦ ਹੈ। ਮੈਂ ਕਿਹਾ ਪਾਗਲ ਹੋ ਗਿਆ, ਇਸ਼ ਕਰਦੀ ਮੇਰੇ ਨਾਲ। ਫਿਰ ਮੈਂ ਗਿਆ ਹੋਟਲ, ਜਾ ਕੇ ਮੈਂ ਵੇਟਰ ਨੂੰ ਰੁਪਈਆ 2,000 ਦਿੱਤਾ। ਮੈਂ ਕਿਹਾ ਯਾਰ ਇਹ ਕਮਰੇ 'ਚ ਇਹੋ ਜਿਹੀ ਕੁੜੀ ਤੇ ਇਹੋ ਜਿਹਾ ਮੁੰਡਾ ਆਇਆ, ਉਹਨੇ ਕਿ ਜੀ ਆਇਆ। ਅੱਛਾ, ਫਿਰ ਮੈਨੂੰ 5,000 ਦਿੱਤਾ। ਮੈਂ ਕਿਹਾ ਚਾਬੀ ਲੈ ਆ ਮਾਸਟਰ ਕੀ, ਚਾਬੀ ਲਾਈ ਹੈ, ਖਾਨ ਸਾਹਿਬ ਬੂਹਾ ਖੋਲਿਆ, ਸਾਹਮਣੇ ਦਾ ਸੂਟ ਕਿੱਲੀ ਤੇ ਟੰਗਿਆ ਸੀ ਨਾਲ ਇਹਦੇ ਦੋਸਤ ਦਾ। ਓਏ ਹੋਏ, ਅੱਛਾ ਹਾਂ, ਉਹ ਮੈਂ ਸੂਟ ਵੇਖ ਲਿਆ ਜਨਾਬ, ਮੈਂ ਹੀ ਲੈ ਕੇ ਦਿੱਤਾ ਸੀ 1,50,000 ਦਾ। ਫਿਰ ਉਹ ਮੈਂ ਇੰਜ ਕਰਕੇ ਵੇਖਿਆ ਤੇ ਅੱਗੇ ਸਮਝਦਾਰ ਆ ਤੁਸੀਂ, ਦਾਇਰੇ ਦੁੱਖ ਤੇ ਹੁੰਦਾ ਹੀ ਆ। ਹੁਣ ਮੈਨੂੰ ਇਹ ਅੱਖਾਂ ਨੇ ਜੋ ਵੇਖ ਲਿਆ, ਅੱਖਾਂ ਨਾਲ ਵੇਖ ਲਿਆ, ਹੁਣ ਮੈਨੂੰ ਇਹ ਦੱਸੋ ਵੀ ਸਿੱਧੀ ਨੱਕ ਨਾਲ ਦੀ ਸੀਟ ਤੇ ਜਾਂਦੀ ਹੈ? ਨਹੀਂ, ਮੈਂ ਤੁਹਾਨੂੰ ਇਹ ਪੁੱਛਣ, ਉਹ ਕਿੱਲੀ ਦੇ ਕੱਪੜੇ ਟੰਗੇ ਮੈਂ ਵੇਖ ਲਿਆ, ਮੈਨੂੰ ਇਹ ਦੱਸੋ ਕਿ ਇਹ ਗਲਤ ਤੇ ਨਹੀਂ ਹੈਗੀ? ਸੂਟ ਤੁਸੀਂ ਅੱਖਾਂ ਨਾਲ ਵੇਖਿਆ ਸੀ ਟੰਗਿਆ ਦਾ? ਆਹੋ ਜੀ, ਉਹ ਮੁੰਡੇ ਦਾ ਵੀ? ਆਹੋ। ਤੇ ਫਿਰ ਮੈਨੂੰ ਪੁੱਛਣ ਦਿਓ, ਗਲਤ ਤਾਂ ਨਹੀਂ? ਉਹ ਮੇਰੀ ਗੱਲ ਸੁਣੋ, ਉਹ ਖਰਾਸਾ ਮੇਰੀ ਗੱਲ, ਉਹ ਮੈਂ ਬਦਮਾਸ਼ ਹੈ, ਉਹ ਮੇਰੀ ਗੱਲ ਸੁਣੀ ਆ ਤਾ, ਉਹ ਮੈਂ ਬਦਮਾਸ਼, ਉਹ ਮੈਂ ਬਦਮਾਸ਼ ਹੈ, ਉਹ ਮੈਂ ਬਦਮਾਸ਼, ਉਹ ਮੈਂ ਬਦਮਾਸ਼ ਹੈ, ਉਹ ਯਾਰ ਗੱਲ ਕਰਨ ਵਾਲੀ ਕੋਈ ਨਹੀਂ ਯਾਰ, ਉਹ ਕੋਈ ਨਾ ਬੋਲੇ ਸਾਡੀ ਗੱਲ 'ਚ, ਅਸੀਂ ਬਦਮਾਸ਼ ਹੈ ਇੱਥੇ, ਉਹ ਬਸ ਚੱਲ ਬਾ, ਤੂੰ ਇੱਕ ਮਿੰਟ ਠਹਿਰ, ਤੂੰ ਸੱਚਾ, ਤਬੀਅਤ ਸੈੱਟ ਹੋ ਜਾਏਗੀ, ਸ਼ੋਅ ਤੋਂ ਬਾਅਦ ਰਿਹਾ ਸਿਰ ਬਈ। ਤਬੀਅਤ ਸੈੱਟ ਹੋ ਜਾਏ।